ਪੰਜਾਬ ਵਿੱਚ ਮੁਫਤ ਵਾਈਫਾਈ ਦੀ ਸਹੂਲਤ ਨੇ ਦਸਤਕ ਦਿੱਤੀ ਹੈ। ਅੰਮ੍ਰਿਤਸਰ ਦੇ ਮੁੱਦਲ ਪਿੰਡ ਵਿੱਚ ਸਰਕਾਰੀ ਟੈਲੀਕਾਮ ਕੰਪਨੀ BSNL ਦੇ ਅਧਿਕਾਰੀਆਂ ਨੇ ਵਾਈਫਾਈ ਦੀ ਸਹੂਲਤ ਦੇਣ ਲਈ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਰਹੇ, ਜਿਨ੍ਹਾਂ ਇਸ ਯੋਜਨਾ ਬਾਰੇ ਦੱਸਿਆ। ਉਹਨਾਂ ਕਿਹਾ ਕਿ ਵੇਰਕਾ ਦੇ ਪੁਲ ਚੋਂ ਬਜਰੀ ਨਿਕਲਣ ਕਾਰਨ ਪੁਲ ਨੂੰ ਬੰਦ ਕਰ ਦਿੱਤਾ ਗਿਆ ਤੇ ਇਸ ਘਟਨਾ ਦੀ ਜਾਂਚ ਲਈ ਟੀਮ ਦਾ ਗਠਨ ਵੀ ਕੀਤਾ ਜਾ ਚੁੱਕਿਆ। ਕਮੇਟੀ ਬਣਾਤੀ ਮੰਤਰੀ ਸਾਹਿਬ ਨੇ, ਪਰਸੋਂ ਕਮੇਟੀ ਵਿਜ਼ਿਟ ਕਰ ਗਈ ਹੈ, ਨਾਲ ਮੈਨੂੰ ਮਿਲ ਕੇ ਗਈ ਆ। ਬਕਾਇਦਾ ਉਹ ਬਿਲਕੁਲ ਪਹਿਲੀ ਗੱਲ ਤੇ ਨੂੰ ਠੀਕ ਕੀਤਾ ਜਾਊਗਾ। ਨੰਬਰ 2 ਤੇ ਜਿਹੜੇ ਬੰਦੇ ਦੋਸ਼ੀ ਉਹਨਾਂ ਵਿਰੁੱਧ ਕਾਰਵਾਈ ਹੋਏਗੀ। ਕਾਰਵਾਈ ਦਾ ਉਹਨਾਂ ਨੂੰ ਇਹ ਕਿਹਾ ਵੀ ਪ੍ਰੋਜੈਕਟ ਕੰਪਲੀਟ ਹੋ ਗਿਆ, ਪਹਿਲਾਂ ਉਹਨਾਂ ਨੂੰ ਇਸ ਚੀਜ਼ ਤੇ ਲੈ ਕੇ ਆਓ ਵੀ ਇਹਨੂੰ ਪੁੱਟ ਕੇ ਤੇ ਇਹਨੂੰ ਠੀਕ ਕਰਨ, ਕਿਉਂਕਿ ਜੇ ਤੁਸੀਂ ਉੱਧਰ ਝਗੜਦੇ ਰਹੇ ਇਹ ਕੰਮ ਨਾ ਸ਼ੁਰੂ ਹੋਇਆ ਲੋਕਾਂ ਲਈ ਇਹ ਬੜੀ ਵੱਡੀ ਹਰਡਲ ਕ੍ਰੀਏਟ ਹੋਣੀ ਹੈ, ਕਿਉਂਕਿ ਸਾਰਾ ਵੇਰਕਾ ਉਹਦੇ ਉੱਤੋਂ ਦੀ ਲੰਘਦਾ ਹੈ। ਹੁਣ ਪੁਲ ਬੰਦ ਹੋਇਆ ਪਿਆ, ਪਹਿਲੀ ਪਹਿਲ ਇਹਦੇ 'ਤੇ ਆ ਕਿ ਇਹਨੂੰ ਠੀਕ ਕਰੋ।